ਇਸ ਵਾਰ ਅਸੀਂ 180 ਲੱਖ ਮੀਟ੍ਰਿਕ ਟਨ ਜਿਹੜਾ ਰਾਈਸ ਉਹ ਸੈਂਟਰ ਪੂਲ ਚ ਦੇ ਰਹੇ ਹਾਂ। 120 ਲੱਖ ਮੀਟ੍ਰਿਕ ਟਨ ਦੇ ਨੇੜ ਤੇੜ ਅਸੀਂ ਗੇਹੂੰ ਕਹਿੰਦੇ ਹਾਂ, ਕਣਕ ਕਹਿ ਦਿੰਦੇ ਹਾਂ ਆਪਾਂ, ਅਸੀਂ ਸੈਂਟਰ ਪੂਲ ਚ ਦਿੰਦੇ ਹਾਂ। ਹਾਲਾਂਕਿ ਰਾਈਸ ਸਾਡੀ ਖੁਰਾਕ ਨਹੀਂ ਹੈਗਾ, ਰਾਈਸ ਇਜ਼ ਨੋਟ ਪਾਰਟ ਆਫ ਅਵਰ ਫੂਡ, ਪਰ ਫਿਰ ਵੀ ਅਸੀਂ ਦੇਸ਼ ਲਈ ਹਰੀ ਕ੍ਰਾਂਤੀ ਤੋਂ ਬਾਅਦ ਜਦੋਂ ਸਾਡੀ ਡਿਊਟੀ ਲੱਗੀ ਦੇਸ਼ ਦੀ ਤਾਂ ਅਸੀਂ ਉਗਾਉਣਾ ਸ਼ੁਰੂ ਕੀਤਾ। ਉਹਦੇ ਸਾਨੂੰ ਨੁਕਸਾਨ ਵੀ ਹੋਏ, ਸਾਨੂੰ ਸਾਡਾ ਵਾਟਰ ਜਿਹੜਾ ਲੈਵਲ ਹੈ ਪਾਣੀ ਦਾ ਬਹੁਤ ਥੱਲੇ ਚਲਾ ਗਿਆ। 1 ਕਿਲੋ ਚਾਵਲ ਪੈਦਾ ਕਰਨ ਵਾਸਤੇ ਆਲਮੋਸਟ 3000 ਲੀਟਰ ਪਾਣੀ ਅਸੀਂ ਇਸਤੇਮਾਲ ਕਰ ਰਹੇ ਹਾਂ, ਸਾਨੂੰ ਪੇ ਕਰਨਾ ਪਿਆ, ਪਰ ਕੋਈ ਗੱਲ ਨਹੀਂ। ਪੰਜਾਬ ਜਿਹੜਾ ਉਹ ਦੇਸ਼ ਲਈ ਹਮੇਸ਼ਾ, ਚਾਹੇ ਉਹ ਦੇਸ਼ ਦੀ ਆਜ਼ਾਦੀ ਲਈ ਹੋਵੇ, ਚਾਹੇ ਉਹ ਦੇਸ਼ ਦੇ ਅਨਾਜ ਦੇ ਭੰਡਾਰ ਭਰਨੇ ਹੋਣ, ਚਾਹੇ ਅੱਜ ਆਜ਼ਾਦੀ ਨੂੰ ਕਾਇਮ ਰੱਖਣ ਲਈ ਹੋਵੇ, ਅਸੀਂ ਪੇ ਕਰਦੇ ਹਾਂ। ਅਸੀਂ ਸਾਡੀ ਕੌਮ ਜਿਹੜੀ ਹੈ ਉਹ ਇਸ ਤਰ੍ਹਾਂ ਦੀ ਗੁਰੂ ਸਾਹਿਬ ਦੀ ਕਿਰਪਾ ਕਿ ਅਸੀਂ ਖੜਦੇ ਹਾਂ ਦੇਸ਼ ਲਈ। ਔਰ ਵੀ ਆਰ ਗਲੋਬਲ ਸਿਟੀਜ਼ਨ, ਪੰਜਾਬੀ ਜਿਹੜੇ ਨੇ ਉਹ ਗਲੋਬਲ ਸਿਟੀਜ਼ਨ ਨੇ। ਪੰਜਾਬੀ ਉਹਨਾਂ ਦੇਸ਼ਾਂ ਚ ਵੀ ਕਾਮਯਾਬ ਹੋ ਜਾਂਦੇ ਜਿਹੜੇ ਦੇਸ਼ਾਂ ਚ ਗਲਤੀ ਨਾਲ ਵੀ ਚਲੇ ਜਾਣ, ਕੋਈ ਏਜੰਟ ਨੇ ਇੱਧਰ ਉੱਧਰ ਵੀ ਲਾਹ ਤੇ ਨਾ ਚੱਲ ਪੈਂਦੇ, ਕੋਈ ਗੱਲ ਨਹੀਂ, ਇੱਥੇ ਇੱਥੇ ਕਾਮਯਾਬ ਹੋ ਜਾਂਦੇ। ਜਿਹੜੇ ਮਰਜ਼ੀ ਕੰਟਰੀ ਚਲੇ ਜਾਓ ਪੰਜਾਬੀ ਕਾਮਯਾਬ, ਔਰ ਕਰਨਗੇ ਪਹਿਲਾਂ ਖੇਤੀ ਜਾਂ ਟਰੱਕ, ਦੋ ਸਾਡੇ ਕੰਮ ਨੇ। ਸੋ ਇਸ ਤਰ੍ਹਾਂ ਦਾ ਜਿਹੜਾ ਯੂਨੀਵਰਸਿਟੀ ਦਾ ਇਹ ਇੰਟਰਨੈਸ਼ਨਲ ਇੱਥੇ ਡੈਲੀਗੇਸ਼ਨ ਆਏ ਨੇ ਤਾਂ ਉਹ ਦੇਖ ਲੈਣਗੇ ਸਾਡੇ ਲੋਕਾਂ ਦੀ ਮਿਹਨਤ ਨੂੰ, ਸਾਡੇ ਮਿੱਟੀ ਨੂੰ। ਇੰਨੀ ਜ਼ਰਖੇਜ਼ ਮੈਂ ਐਜ਼ ਐਨ ਆਰਟਿਸਟ ਜਦੋਂ ਪਰਫੋਰਮ ਕਰਦਾ ਸੀ, ਉਹ ਨਿਊਜ਼ੀਲੈਂਡ ਇੱਧਰੋਂ ਸੂਰਜ ਸ਼ੁਰੂ ਹੁੰਦਾ, ਵੈਸਟ ਕੋਸਟ ਕੈਲੀਫੋਰਨੀਆ ਸੂਰਜ ਡੁੱਬਦਾ, ਸਾਰੀ ਜਗ੍ਹਾ ਤੇ ਦੁਨੀਆ ਘੁੰਮੀ ਕਈ ਵਾਰੀ, ਇੰਨੀ ਜ਼ਰਖੇਜ਼ ਇੰਨੀ ਫਰਟਾਈਲ ਧਰਤੀ ਕਿਤੇ ਨਹੀਂ ਹੈਗੀ। ਸਾਡੀ ਧਰਤੀ ਜੋ ਬੀਜ ਦੋਗੇ, ਜੋ ਬੀਜ ਸੁੱਟ ਦੋਗੇ ਉੱਗ ਜੂਗਾ। 150 ਮਣ ਦਾਣੇ 1 ਸਾਲ ਚ ਪੈਦਾ ਕਰਦੇ ਹਾਂ, ਅੱਜ ਲਗਭਗ 80 ਤੋਂ 90 ਮਣ ਚਾਵਲ ਤੇ 55 ਤੋਂ 60 ਮਣ ਜਿਹੜਾ ਉਹ ਕਣਕ। ਦੁਨੀਆ ਭਰ ਦੇ ਵਿੱਚ ਕੋਈ ਧਰਤੀ ਏਦਾਂ ਦੀ ਨਹੀਂ ਕਿ ਜਿਹੜੀ ਇੰਨੇ ਦਾਣੇ ਪੈਦਾ ਕਰਦੀ ਹੋ। ਹਰ ਕਿਸਮ ਦਾ ਮੌਸਮ ਸਾਡੇ ਕੋਲ ਆ, ਮਿਹਨਤੀ ਲੋਕ ਆ। ਹੁਣ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਉਹਦੇ ਚ ਸਭ ਨੂੰ ਹਿੱਸਾ ਪਾਉਣਾ ਪਊਗਾ। ਬਾਹਰ ਦੇਖ ਲਓ ਕਲਾਈਮੇਟ ਚੇਂਜ ਹੋ ਰਿਹਾ। ਅੱਜ ਇੱਥੇ ਵਾਈਸ ਪ੍ਰੈਜੀਡੈਂਟ ਸਾਹਿਬ ਨੇ ਆਉਣਾ ਸੀ, ਕਿਉਂ ਨਹੀਂ ਆ ਸਕੇ? ਕਲਾਈਮੇਟ ਚੇਂਜ, ਹਲਵਾਰੇ ਜਹਾਜ਼ ਨਹੀਂ ਉਤਰ ਸਕੇ ਕਿਉਂਕਿ ਵਿਜੀਬਿਲਿਟੀ ਨਹੀਂ। ਬਹੁਤ ਕੋਸ਼ਿਸ਼ਾਂ ਸੀ ਕਰ ਰਹੇ ਹਾਂ ਕਿ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਗੁਰੂ ਨਾਨਕ ਸਾਹਿਬ ਨੇ, ਹੁਣ ਗੁਰੂ ਨਾਨਕ ਸਾਹਿਬ ਦਾ 15 ਤਰੀਕ ਨੂੰ 555ਵਾਂ ਗੁਰਪੁਰਬ ਮਨਾਉਣਾ, ਜੇ ਉਹ ਚੋਂ 20 ਸਾਲ ਕੱਢ ਦਿੰਦੇ ਹਾਂ ਪਹਿਲੇ 535 ਸਾਲ ਪਹਿਲਾਂ ਇਹ ਗੱਲ ਲਿਖਤੀ ਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਉਸ ਵੇਲੇ ਤਾਂ ਕੋਈ ਫੈਕਟਰੀ ਜਿਹੜੀ ਹੈ ਉਹ ਧੂੰਆਂ ਨਹੀਂ ਕਰਦੀ ਹੋਣੀ, ਉਸ ਵੇਲੇ ਤਾਂ ਕੋਈ ਬੁੱਢਾ ਨਾਲਾ ਸਤਲੁਜ ਨਹੀਂ ਡਿੱਗਦਾ ਹੋਣਾ, ਉਸ ਵੇਲੇ ਤਾਂ ਕੋਈ ਸਪਰੇ ਕਰਕੇ ਧਰਤੀ ਨੂੰ ਜਿਹੜਾ ਉਹ ਜ਼ਹਿਰੀਲਾ ਨਹੀਂ ਕਰਦਾ ਹੋਣਾ। ਪਵਨ ਹਵਾ, ਹਵਾ ਨੂੰ ਗੁਰੂ ਦਾ ਦਰਜਾ, ਪਾਣੀ ਪਿਤਾ, ਪਾਣੀ ਨੂੰ ਪਿਤਾ ਦਾ ਦਰਜਾ, ਧਰਤੀ ਨੂੰ ਮਾਤਾ ਦਾ ਦਰਜਾ, ਪਰ ਅਸੀਂ ਉਹ ਤਿੰਨੋਂ ਦਰਜੇ ਕਾਇਮ ਰੱਖ ਨਹੀਂ ਸਕੇ। ਅੱਜ ਰੱਖਣ ਦੀ ਲੋੜ ਆ।
ਬ੍ਰੇਨ ਸਟਰੋਮਿੰਗ ਦਾ ਜ਼ਮਾਨਾ ਹੈ। ਇੱਥੇ ਬਾਹਰਲੇ ਦੇਸ਼ਾਂ ਚੋਂ ਐਕਸਪਰਟ ਆਏ ਨੇ, ਬੈਠਣਗੇ, ਮਿਲ ਬੈਠ ਕੇ ਆਪਸ ਚ ਡਿਸਕਸ਼ਨ ਹੋਊਗਾ। ਡੈਲੀਗੇਸ਼ਨ ਜਿਹੜੇ ਆਏ ਨੇ, ਬ੍ਰੇਨ ਸਟਰੋਮਿੰਗ ਚੋਂ ਕੁਛ ਨਾ ਕੁਛ ਨਿਕਲੂਗਾ। ਹਰ ਚੀਜ਼ ਦਾ ਅੱਜ ਤਰੀਕਾ ਬਦਲ ਗਿਆ। ਇੱਕੋ ਫਸਲ ਨੂੰ ਬੀਜਣ ਦੇ ਚਾਰ ਚਾਰ ਤਰੀਕੇ ਆ ਗਏ, ਇੱਕੋ ਫਸਲ ਨੂੰ ਪਾਣੀ ਦੇਣ ਦੇ ਚਾਰ ਚਾਰ ਤਰੀਕੇ ਆ ਗਏ, ਇੱਕੋ ਫਸਲ ਤੇ ਸਪਰੇਅ ਕਰਨੀ ਆ ਉਹਦੇ ਚਾਰ ਚਾਰ ਤਰੀਕੇ ਆ ਗਏ, ਡਰੋਨ ਟੈਕਨੋਲੋਜੀ ਆ ਗਈ, AI ਆ ਗਿਆ। ਸਾਨੂੰ ਆਪਣਾ ਮਾਇੰਡਸੈਟ ਬਦਲਣਾ ਪਊਗਾ। ਅਸੀਂ ਉੱਥੇ ਸੰਤ, ਮੈਂ ਤਾਂ ਪਿੰਡਾਂ ਚੋਂ ਆਇਆ, ਇਹ ਤਾਂ ਸ਼ੁਕਰ ਹੈ ਹੁਣ ਥੋੜਾ ਜਿਹਾ ਯੂਨੀਵਰਸਿਟੀਆਂ, ਵਟਸਐਪ ਆ ਗਿਆ, ਮੇਲੇ ਲੱਗਣ ਲੱਗ ਗਏ, PAU ਜਿਹੜੀ ਹੈ ਉਹ ਦੱਸ ਦਿੰਦੀ ਹੈ ਕਿ ਕਿਹੜੀ ਫਸਲ ਕਦੋਂ ਬੀਜਣੀ ਹੈ, ਕਿਹੜਾ ਇਹਦਾ ਬੀਜ ਹੈ, ਕਿੱਥੋਂ ਮਿਲਦਾ, ਕਿਹੜੀ ਸਪਰੇ, ਕਿਹੜੀ ਸੁੰਡੀ ਲੱਗ ਗਈ, ਕਿਹੜੀ ਸਪਰੇ ਕਰ, ਨਹੀਂ ਤਾਂ ਪਹਿਲਾਂ ਦੱਸਦੇ ਨਹੀਂ ਸੀ ਕੋਈ। ਮੇਰੀ ਫਸਲ ਨੂੰ ਸੁੰਡੀ ਲੱਗ ਗਈ, ਮੈਨੂੰ ਕੋਈ ਨਹੀਂ ਦੱਸਦਾ ਸੀ ਕਿ ਕੌਣ ਕਿਹੜੀ ਸਪਰੇ ਕਰਨੀ, ਮੈਂ ਕਿਵੇਂ ਕਰਦਾ ਸੀ, ਮੈਂ ਗੁਆਂਢੀ ਨੂੰ ਪੁੱਛਦਾ ਸੀ, ਭੋਲੇ ਯਾਰ ਪੀਲੇ ਜੇ ਖੰਭਾਂ ਵਾਲੀ ਸੁੰਡੀ ਲੱਗ ਗਈ, ਪੱਤੇ ਖਾਈ ਜਾਂਦੀ ਹੈ। ਉਹ ਕਹਿੰਦਾ ਹਾਂ ਯਾਰ ਸਾਡੇ ਵੀ ਲੱਗ ਗਈ। ਤੇ ਕੱਲ ਤੂੰ ਸਪਰੇ ਕਰੀ ਜਾਂਦਾ ਸੀ, ਭੋਲੇ ਕਿਹੜੀ ਆ ਉਹ ਗਾਂ, ਭੋਲੇ ਨੂੰ ਵੀ ਨਹੀਂ ਪਤਾ। ਉਹ ਕਹਿੰਦਾ ਪਤਾ ਨਹੀਂ, ਹਰੇ ਜੇ ਢੱਕਣ ਵਾਲੀ ਹੈ, ਚੱਕ ਦੋ ਸਾਰਾ ਪਿੰਡ ਹਰੇ ਜੇ ਢੱਕਣ ਵਾਲੀ ਹੈ, ਕੋਈ ਪਤਾ ਨਹੀਂ ਹਰੇ ਜੇ ਢੱਕਣ ਵਾਲੀ ਸਹੀ ਹੈ ਨਹੀਂ ਸਹੀ। ਦੁਕਾਨਦਾਰ ਨੂੰ ਜਿਹੜੀ ਵੇਚ ਕੇ ਜ਼ਿਆਦਾ ਫਾਇਦਾ ਹੁੰਦਾ ਵੇਚੀ ਜਾਂਦੇ, ਕਿੰਨੀ ਕਰਨੀ ਹੈ, ਦੁਕਾਨਦਾਰ ਕਹਿੰਦਾ ਮੈਂ ਵੱਧ ਵੇਚਣੀ ਆ, 20 ML ਨੂੰ 40 ML ਕਹਿੰਦਾ, ਅੱਗੇ ਕਿਸਾਨ ਕਹਿੰਦਾ ਚੱਲ 40 ਕਹਿ ਤੂੰ 50 ਪਾ, ਉਹ ਜਿਹੜਾ ਜਿਹਨੇ ਕਰਨੀ ਹੁੰਦੀ ਆ ਉਹ ਕਹਿੰਦਾ ਜੀ ਬਾਰ ਬਾਰ ਪੰਗਾ, ਹੁਣ ਟੋਲੀ ਤਾਂ ਚੱਕੀ ਆ, 60 ਹੀ ਪਾ ਲੈਂਦੇ ਆ। ਮਤਲਬ ਕੋਈ ਮਿਕਦਾਰ ਨਹੀਂ, ਕੋਈ ਕੁਛ ਨਹੀਂ। ਇਹ ਤਾਂ ਬਹੁਤ ਖੁਸ਼ਕਿਸਮਤ ਆ ਕਿ VC ਸਾਹਿਬ ਟਿਸ਼ੂ ਕਲਚਰ ਦੇ ਸਪੈਸ਼ਲਿਸਟ ਨੇ, ਦੁਨੀਆਂ ਦੇ ਮੰਨੇ ਪ੍ਰਮੰਨੇ ਸਾਇੰਟਿਸਟ ਨੇ। ਅਸੀਂ ਇਸ ਵਾਰ 8 ਪੈਸਟੀਸਾਈਡ ਬੈਨ ਕੀਤੀ ਆ ਪੰਜਾਬ ਚੋਂ ਕਿ ਨਹੀਂ ਆਪਾਂ ਛਿੜਕਣੀਆਂ ਹੈ। ਮੋਨੋਕ੍ਰੋਟੋਫਾਸ ਪੂਰੀ ਦੁਨੀਆਂ ਚ ਬੈਨ ਹੈ, ਸਾਡੇ ਕੋਲ ਹਜੇ ਮਿਲੀ ਜਾਂਦੀ ਹੈ। ਮੈਂ ਪੁੱਛਿਆ ਉਹਨਾਂ ਨੂੰ, ਅਫਸਰਾਂ ਨੂੰ, ਇਹ ਕਿੱਥੋਂ ਮਿਲੀ ਜਾਂਦੀ ਹੈ, ਕਹਿੰਦੇ ਪਹਿਲਾਂ ਵਾਲਾ ਸਟਾਕ ਪਿਆ। ਹਾਂ ਕਮਾਲ ਹੈ, ਮੋਨੋਕ੍ਰੋਟੋਫਾਸ ਹਜੇ ਮਿਲ ਰਹੀ ਹੈ ਸਾਡੇ। ਸੋ ਇਹ ਤੇ ਡਿਸਕਸ ਕਰਨਾ ਪਊਗਾ, ਆਪਾਂ ਬਹਿਣਾ ਪਊਗਾ। ਜ਼ਹਿਰਾਂ ਖਾਈ ਜਾਂਦੇ, ਫਿਰ ਕੈਂਸਰ ਟ੍ਰੇਨਾਂ, ਕੈਂਸਰ ਹੋਸਪਿਟਲ, ਸਾਡੇ ਲਾਈਫ ਸਟਾਈਲ ਚੋਂ ਨਿਕਲ ਰਹੀਆਂ ਸਾਰੀਆਂ ਬਿਮਾਰੀਆਂ। ਅਸੀਂ ਤਾਂ ਪੰਜਾਬੀ ਹਾਂ, ਅਸੀਂ ਤਾਂ ਫੌਜਾਂ 'ਚ ਜਾਣ ਵਾਸਤੇ ਮਸ਼ਹੂਰ ਸੀ, ਅਸੀਂ ਤਾਂ ਕੁਸ਼ਤੀਆਂ ਵਾਸਤੇ ਮਸ਼ਹੂਰ ਸੀ, ਕਬੱਡੀਆਂ ਵਾਸਤੇ ਮਸ਼ਹੂਰ ਸੀ, ਗਿੱਧੇ ਭੰਗੜੇ ਵਾਸਤੇ ਮਸ਼ਹੂਰ ਸੀ। ਅੱਜ ਸਾਡੇ ਬੱਚੇ ਫੌਜ ਦਾ ਟੈਸਟ ਪਾਸ ਨਹੀਂ ਕਰ ਰਹੇ, ਬਿਕੋਜ਼ ਫਿਜ਼ੀਕਲੀ ਟੈਸਟ ਜਿਹੜੇ ਨੇ ਉਹ ਨਹੀਂ ਪਾਸ ਹੋਏ। ਸਭ ਤੋਂ ਚਿੰਤਾ ਦਾ ਵਿਸ਼ਾ ਹੈ। ਮੈਂ ਪੋਲੀਟਿਕਸ ਦੀ ਗੱਲ ਨਹੀਂ ਕਰੂੰਗਾ, ਦਿਸ ਇਜ਼ ਨੋਟ ਏ ਪੋਲੀਟੀਕਲ ਫੰਕਸ਼ਨ। ਪੋਲੀਟਿਕਸ ਦੀ ਗੱਲ ਕਿਤੇ ਹੋਰ ਕਰਾਂਗੇ, ਵਿੱਦਿਆ ਦਾ ਮੰਦਿਰ ਹੈ ਇੱਥੇ। ਮੈਂ ਕਦੇ ਵੀ ਕਿਸੇ ਕਾਲਜ 'ਚ ਜਾ ਕੇ ਜਾਂ ਕਿਸੇ ਯੂਨੀਵਰਸਿਟੀ 'ਚ ਜਾ ਕੇ ਮੈਂ ਕਦੇ ਰਾਜਨੀਤੀ ਦੀ ਗੱਲ ਨਹੀਂ ਕਰਦਾ। ਇਹ ਵਿੱਦਿਆ ਦਾ ਮੰਦਿਰ ਹੈ, ਇੱਥੋਂ ਤੁਸੀਂ ਵੱਡੇ ਵੱਡੇ ਸਾਇੰਟਿਸਟ ਨਿਕਲਣੇ ਨੇ, ਇੱਥੋਂ ਫਿਊਚਰ ਦੇ ਸਾਡੇ ਵਕੀਲ ਨਿਕਲਣੇ ਨੇ, ਬੜੇ ਐਗਰੀਕਲਚਰ ਦੇ ਸਪੈਸ਼ਲਿਸਟ ਨਿਕਲਣੇ ਨੇ। ਬਟ ਸਾਨੂੰ ਬਹਿਣਾ ਪਊਗਾ, ਸਾਨੂੰ ਸੋਚਣਾ ਪਊਗਾ। ਸਰਕਾਰਾਂ ਇਕੱਲੀਆਂ ਕੀ ਕਰਕੇ ਕਰਨ, ਬਥੇਰੀ ਐਡ ਕਰਦੇ ਹਾਂ ਕਿ ਪਰਾਲੀ ਨੂੰ ਅੱਗ ਨਾ ਲਾਓ, ਬਥੇਰਾ ਪ੍ਰੇਰਿਤ ਕਰਦੇ ਹਾਂ, TV ਤੇ ਐਡਾਂ ਦਿੰਦੇ ਹਾਂ, ਹਟਦਾ ਕੋਈ? ਕਹਿੰਦੇ ਸਾਹ ਦਾ ਕੀ ਹੈ, ਤਾਂ ਬਾਅਦ ਚ ਆਜੂਗਾ, ਫਿਰ ਅੱਗ ਲਾਈ। ਸਾਹ ਤੋਂ ਬਿਨਾਂ ਕੀ ਕਰੋਗੇ ਤੁਸੀਂ ਯਾਰ, ਤੁਸੀਂ ਆਪਣੇ ਮੈਨੂੰ ਨੀ ਪਤਾ ਉਹ ਧੂੰਆਂ ਜਿਹੜਾ ਦਿੱਲੀ ਜਾਂਦਾ ਹੈ,
ਜਾਂ ਉਹ ਧੂੰਆਂ ਦਿੱਲੀ ਦੇ ਪਰਲੇ ਪਾਸੇ ਜਾਂਦਾ। ਹੁਣ ਤਾਂ ਲਾਹੌਰ ਵਾਲੀ ਨੇ ਵੀ ਕਿਹਾ ਮੈਂ ਵੀ ਚਿੱਠੀ ਲਿਖੂ ਭਗਵੰਤ ਮਾਨ ਨੂੰ, ਮਰੀਅਮ ਕਹਿੰਦੀ। ਮੈਂ ਕਿਹਾ ਇੱਧਰ ਵੀ ਆਉਂਦਾ ਜੀ, ਸਾਡੇ ਵਾਲੇ ਹੀ ਆਈ ਘੁੰਮੀ ਘੁੰਮੇ ਹੀ ਫਿਰਦਾ ਇਹ। ਤੇ ਪਰ ਪਹਿਲਾਂ ਤਾਂ ਜਦੋਂ ਅੱਗ ਲੱਗਦੀ ਉਸ ਉਸੇ ਕਿਸਾਨ ਦੇ ਫੇਫੜਿਆਂ ਦੇ ਵਿੱਚ ਤੋਂ ਜਾਂਦਾ ਨਾ, ਉਸੇ ਪਿੰਡ ਦੇ ਉੱਤੋਂ ਵੀ ਜਾਂਦਾ, ਉਹਨਾਂ ਦੇ ਆਪਣੇ ਬੱਚਿਆਂ ਦੇ ਫੇਫੜਿਆਂ ਦੇ ਵਿੱਚ ਕੀ ਲੰਘਦਾ ਨਾ। ਫਿਰ ਹੜਤਾਲਾਂ ਕਰ ਦਿੰਦੇ, ਅਫਸਰ ਭੇਜਦੇ, ਅਫਸਰਾਂ ਨੂੰ ਕਹਿੰਦੇ ਨਾ ਅਸੀਂ ਤਾਂ ਅੱਗ ਲਾਵਾਂਗੇ, ਜਾਂ ਤਾਂ ਫਿਰ ਫਸਲ ਬਦਲ ਲਈਏ। ਆ ਜਿਹੜਾ ਹੁਣ ਅੱਜ ਸੈਮੀਨਾਰ ਹੈ, ਸੈਮੀਨਾਰ ਚ ਡਿਸਕਸ ਹੋਣਾ ਚਾਹੀਦਾ ਕ੍ਰੋਪ ਡਾਈਵਰਸੀਫਿਕੇਸ਼ਨ। ਸਿਰਫ ਅਖਬਾਰਾਂ ਦਾ ਇੱਕ ਹੈਡਲਾਈਨ ਰਹਿ ਗਈ, ਫਸਲ ਬਦਲ ਲੈਂਦੇ ਹਾਂ। ਸਾਡੇ ਤੱਕ ਧਰਤੀ ਇਹਨਾਂ ਦੀ, ਮੱਕੀ ਬੀਜ ਲਓ, ਜੋ ਮਰਜ਼ੀ ਬੀਜ ਲਓ, ਇੱਥੇ ਬਾਜਰਾ ਬੀਜ ਲਓ। ਮੈਨੂੰ ਕੋਈ ਆਏ ਮੇਰੇ ਕੋਲ ਪੁੱਛਣ, ਕੋਈ ਸੀਗੇ ਯੂਨੀਅਨਾਂ ਵਾਲੇ, ਮੈਂ ਕਿਹਾ ਜੀ ਧਰਤੀ ਦਾ ਪਾਣੀ ਖਤਮ ਹੋ ਚੱਲਿਆ, 600-600 ਫੁੱਟ ਤੇ ਵਾਟਰ ਲੈਵਲ ਚਲਾ ਗਿਆ, ਬਦਲ ਲਈਏ, ਝੋਨਾ ਨਾ ਬੀਜੀਏ ਜਾਂ ਘੱਟ ਡਿਊਰੇਸ਼ਨ ਵਾਲਾ ਬੀਜੀਏ। ਹੱਸ ਪਏ ਮੇਰੇ ਤੇ, ਕਹਿੰਦੇ ਮਾਨ ਸਾਹਿਬ ਹਰੇਕ ਕਹਿੰਦਾ ਵੀ ਪਾਣੀ ਖਤਮ ਹੋ ਰਿਹਾ, ਫਸਲ ਬਦਲ ਲਓ, ਝੋਨਾ ਨਾ ਬੀਜੋ। ਮੈਨੂੰ ਕਹਿੰਦੇ ਫਿਰ ਕੀ ਬੀਜਿਆ ਕਰੀਏ। ਮੈਂ ਕਿਹਾ ਜੀ ਜਾਇਜ਼ ਜਵਾਬ ਫਿਰ ਮੈਂ ਦਿਉਂਗਾ, ਇਹੋ ਜਿਹਾ ਤੁਹਾਨੂੰ ਜਵਾਬ ਵੀ ਨਹੀਂ ਮਿਲਿਆ ਹੋਣਾ ਕਿਤੇ। ਕਹਿੰਦੇ ਕਿਵੇਂ? ਮੈਂ ਕਿਹਾ ਜੀ ਉਹ ਫਸਲਾਂ ਬੀਜਣੀਆਂ ਸ਼ੁਰੂ ਕਰ ਲਈਏ ਜਿਹੜੀਆਂ ਪਾਣੀ ਖਤਮ ਹੋਣ ਤੋਂ ਬਾਅਦ ਬੀਜਿਆ ਕਰਾਂਗੇ। ਉਦੋਂ ਵੀ ਤਾਂ ਕੁਛ ਬੀਜਿਆ ਹੀ ਕਰੋਂਗੇ, ਛਿੱਟੇ ਹੀ ਦਿਓਗੇ ਬਾਜਰੇ ਦਾ, ਮੱਕੀ ਬੀਜੋਗੇ, ਮੂੰਗਫਲੀ ਬੀਜੋਗੇ, ਸਰੋਂ ਬੀਜੋਗੇ। ਹੁਣ ਸ਼ੁਰੂ ਕਰ ਲੈਂਦੇ ਹਾਂ ਕਿ ਪਾਣੀ ਬਚੇ। ਸੋ ਸਾਨੂੰ ਆਪਣਾ ਕਲਾਈਮੇਟ ਬਚਾਉਣਾ ਪਊਗਾ, ਪੂਰੀ ਦੁਨੀਆ ਦੀ ਪ੍ਰੋਬਲਮ ਹੈ। ਮੈਂ ਇੱਕ ਐਗਜ਼ਾਮਪਲ ਦੇਣਾ, ਥੋੜੀ ਜਿਹੀ ਡੰਪਿੰਗ ਕਰਤੀ ਸੀ ਬੋਇੰਗ ਨੇ, ਸਿਆਟਲ ਚ ਬੋਇੰਗ ਜਿਹੜੇ ਜਹਾਜ਼ ਬਣਦੇ, ਉਹਨਾਂ ਨੇ ਅਨਟਰੀਟਡ ਵਾਟਰ ਇੱਦਾਂ ਪਾਤਾ ਉਹ ਚ ਲੇਕ ਚ, ਕਿਤੇ ਮਿਲੀਅਨਸ ਡਾਲਰ ਦਾ ਜੁਰਮਾਨਾ ਹੋਇਆ ਕਿ ਤੁਸੀਂ ਕੋਸ਼ਿਸ਼ ਕਿਵੇਂ ਕੀਤੀ ਕਿ ਪਾਣੀ ਨੂੰ ਅਨਟਰੀਟਡ ਵਾਟਰ ਜਿਹੜਾ ਉਹਦੇ ਚ ਕਰਤਾ, ਡੰਪ ਕਰਤਾ। ਸਾਡੇ ਇੱਥੇ ਦੇਖੋ, ਅਸੀਂ ਆਪਣਾ ਕੂੜਾ ਗੁਆਂਢੀਆਂ ਦੇ ਘਰੇ ਸੁੱਟ ਕੇ ਕਹਿੰਦੇ ਨੇ ਅਸੀਂ ਸਫਾਈ ਕਰਤੀ, ਪਰ ਉਹਨਾਂ ਦੇ ਘਰੇ ਤਾਂ ਗੰਦ ਪੈ ਗਿਆ ਨਾ। ਸੋ ਇਹਦੀ ਆਪਾਂ ਨੂੰ ਸਮਾਜਿਕ ਲਹਿਰ ਬਣਾਉਣੀ ਪਊ, ਸੋਸ਼ਲ ਇੱਕ ਅੰਦੋਲਨ ਟਾਈਪ ਆਪਾਂ ਨੂੰ ਕਰਨਾ ਪਊਗਾ, ਨਹੀਂ ਤਾਂ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਪੰਜ ਪਾਣੀ ਪੰਜ ਆਬ ਆਉਣ ਵਾਲੇ ਦਿਨਾਂ ਚ ਇਕੱਲਾ ਨਾ ਹੀ ਰਹਿ ਜਾਣ, ਪਾਣੀ ਕਿੱਥੋਂ ਲੱਭੋਗੇ? ਉਹੀ ਸਤਲੁਜ ਨੰਗਲ ਤੋਂ ਚੱਲਦਾ, ਭਾਖੜਾ ਨੰਗਲ ਵੀ ਉੱਥੇ ਨਿਕਲਦੀ ਹੈ, ਉਹੀ ਨੰਗਲ ਭਾਖੜਾ ਨੰਗਲ ਉਹੀ ਸਤਲੁਜ ਨੀਲੇ ਰੰਗ ਦੇ ਚੱਲਦੇ ਆ ਉੱਥੋਂ। ਗੁਰੂ ਸਾਹਿਬ ਨੇ ਅੰਮ੍ਰਿਤ ਬਣਾਇਆ ਸੀ 13 April 1699 ਨੂੰ, ਜਦੋਂ ਖਾਲਸਾ ਸਾਜਿਆ ਸੀ, ਸਤਲੁਜ ਦਾ ਪਾਣੀ ਲੈ ਕੇ ਅੰਮ੍ਰਿਤ ਬਣਾਇਆ ਸੀ। ਭਾਖੜਾ ਜਾਂਦੀ ਹੈ, ਸਤਲੁਜ ਵੀ ਉੱਥੋਂ ਹੀ ਆਉਂਦੇ ਆ ਇੱਕੋ ਥਾਂ ਤੋਂ। ਤੁਸੀਂ ਦੇਖਿਓ ਭਾਖੜਾ ਸਾਰੇ ਪੰਜਾਬ ਚ ਅੱਗੇ ਹਰਿਆਣਾ ਚਲੀ ਜਾਂਦੀ ਹੈ, ਉਹ ਰਹਿੰਦੀ ਹੈ ਨੀਲੇ ਰੰਗ ਦੀ, ਭਾਖੜਾ ਦਾ ਪਾਣੀ ਨੀਲੇ ਰੰਗ ਦਾ। ਸਤਲੁਜ ਲੁਧਿਆਣੇ ਤੱਕ ਆਉਂਦਾ ਆਉਂਦਾ ਕਾਲਾ, ਕਿਉਂਕਿ ਭਾਖੜਾ ਚੋਂ ਪਾਣੀ ਪੰਜਾਬ ਚ ਨਿਕਲਦਾ, ਭਾਖੜਾ ਚ ਪੰਜਾਬ ਚੋਂ ਪਾਣੀ ਕਿਤੇ ਪੈਂਦਾ ਨਹੀਂ। ਇੱਥੇ ਸਾਰੇ ਸ਼ਹਿਰਾਂ ਦਾ ਸੀਵਰੇਜ ਸਭ ਜੋ ਹੈ ਉਹ ਸਤਲੁਜ ਚ ਪੈਂਦਾ। ਸਤਲੁਜ ਜਾ ਕੇ ਫਿਰੋਜ਼ਪੁਰ, ਜਦੋਂ ਵਾਇਆ ਕਸੂਰ, ਥੋੜਾ ਜਿਹਾ ਕਸੂਰ ਜਾਂਦਾ ਪਾਕਿਸਤਾਨ ਚ, ਉੱਥੋਂ ਫਿਰ ਵਾਪਸ ਆ ਜਾਂਦਾ, ਉਹ ਫਾਜ਼ਿਲਕਾ ਦੇ ਪਿੰਡਾਂ ਜਾ ਕੇ ਦੇਖੋ ਤੁਸੀਂ।
ਉਹਨਾਂ ਨੇ ਵੀ ਚਮੜੇ ਦੀਆਂ ਫੈਕਟਰੀਆਂ ਸਾਰੀਆਂ ਜਿਹੜੀਆਂ ਨੇ ਉਹ ਸਤਲੁਜ ਦੇ ਕਿਨਾਰੇ ਲਾਈਆਂ ਹੋਈਆਂ, ਉਹ ਵੀ ਸਾਰਾ ਆਪਣਾ ਕਾਲਾ ਪਾਣੀ। ਮਤਲਬ ਪਹਿਲਾਂ ਹੁੰਦਾ ਸੀਗਾ ਅੰਗਰੇਜ਼ ਕਾਲੇ ਪਾਣੀ ਦੀ ਸਜ਼ਾ ਦਿੰਦੇ ਹੁੰਦੇ ਸੀ, ਅਸੀਂ ਤਾਂ ਹੁਣ ਆਪ ਦਿੰਦੇ ਹਾਂ ਆਪਣੇ ਆਪ ਨੂੰ ਕਾਲੇ ਪਾਣੀ ਦੀ ਸਜ਼ਾ। ਅੰਡੇਮਾਨ ਨਿਕੋਬਾਰ ਨੂੰ ਨਾ ਕਾਲੇ ਪਾਣੀ ਕਹਿੰਦੇ ਸੀ। ਸੋ ਇਹਦੇ ਵਾਸਤੇ ਆਪਾਂ ਨੂੰ ਸੋਚਣਾ ਪਊਗਾ। ਤੁਹਾਡੇ ਵਰਗੇ ਜ਼ਹੀਨ ਲੋਕ, ਤੁਹਾਡੇ ਵਰਗੇ ਦਿਮਾਗੀ ਬੰਦੇ, ਗੰਭੀਰ ਬੰਦੇ, ਉਹਨਾਂ ਨੂੰ ਬੈਠਣਾ ਪਊਗਾ। ਇਹਦੇ ਵਾਸਤੇ ਕੱਠ ਨਹੀਂ ਚਾਹੀਦਾ, ਇਹਦੇ ਵਾਸਤੇ ਤਾੜੀਆਂ ਨਹੀਂ ਚਾਹੀਦੀਆਂ, ਹੂ ਹੱਲਾ ਨਹੀਂ ਚਾਹੀਦਾ, ਇਹਦੇ ਵਾਸਤੇ ਤਾਂ ਕਾਗਜ਼ 'ਤੇ ਪੈਨ ਚਾਹੀਦੇ ਬਸ।